ਅੱਗੇ ਇੱਧਰ ਖੜੇ ਵੀ ਨੇ ਇਹ ਵਿੱਚ ਹੱਥ ਦੇ ਅਤੇ ਅੰਮਾ ਹਲੀਮਾ ਦੀ ਸ਼ਾਨ ਦੇ ਦੋ ਹੀ ਸ਼ੇਰ ਪੜ੍ਹਨੇ ਨੇ ਇੱਕ ਇਸ ਇੱਕ ਇਸ ਤੇ ਇਹਨੂੰ ਸੁਭਾਨ ਲਾ ਸੁਣਨਾ ਪਹਿਲਾ ਸ਼ੇਰ ਇਹਨਾਂ ਨੇ ਅੰਮਾ ਹਲੀਮਾ ਕਹਿਣ ਲੱਗੀਆਂ ਜਦੋਂ ਤੁਹਾਡਾ ਮੈਂ ਲਾਲ ਲੈ ਜਾਵਾਂਗੀ ਅਤੇ ਮੈਂ ਇਹਦੀ ਖਿਦਮਤ ਕਿਵੇਂ ਕਰਾਂਗੀ ਇਹਦੇ ਨਾਲ ਨਾਲ ਵਿਹੜੇ ਵਿੱਚ ਘੁੰਮਾਂਗੀ ਇਹਦੇ ਨਾਲ ਨਾਲ ਵਿਹੜੇ ਵਿੱਚ ਘੁੰਮਾਂਗੀ ਸੁਬੋ ਸ਼ਾਮ ਇਹਦੇ ਮੁਖੜੇ ਤੁਸੀਂ ਸਵਾਲ ਲੈ ਲੇਕਿਨ ਜ਼ਿੰਮੇਦਾਰੀ ਤੁਹਾਡੀ ਵੀ ਇਹਨਾਂ ਦੀ ਵੀ ਹੈ ਪਰ ਇਸ ਨੂੰ ਕਹਿ ਸਕਦੇ ਨੇ ਤੁਹਾਡੇ ਹਿੱਸੇ ਸ਼ੇਰ ਆਇਆ ਅੰਮਾ ਜੀ ਉਹ ਲਾਲ ਤਾਂ ਚਲੇ ਗਏ ਔਰ ਮੱਕੇ ਜਿਹੜੇ ਪਹਿਲੇ ਮਾਈਆਂ ਆਈਆਂ ਉੱਥੇ ਲੈ ਕੇ ਚਲੀਆਂ ਗਈਆਂ ਅਤੇ ਸਰਕਾਰ ਤੁਸੀਂ ਹੁਣ ਲੇਟ ਆਏ ਹੋ ਅਤੇ ਅਬਦੁਲ ਮਤਲਬ ਤਾਂ ਗਾਰੇ ਕੇ ਲਾਲ ਹੈ ਜਦੋਂ ਇਹਨੂੰ ਲੈ ਲੈਂਦੇ ਕਹਿੰਦੇ ਲਾਲ ਤਾਂ ਸਾਰੇ ਚਲੇ ਗਏ ਅਤੇ ਅੰਮਾ ਹਲੀਮਾ ਨੇ ਮੁਸਕਰਾ ਕੇ ਫਰਮਾਇਆ ਸਭ ਲਾਲ ਤੇਰੇ ਲਾਲ ਦੇ ਗੁਲਾਮ ਨੇ ਉਹ ਵੀ ਲਾਲ ਨੂੰ ਕਰਦੇ ਸਲਾਮ ਉਹ ਵੀ ਲਾਲ ਨੂੰ ਕਰਦੇ ਸਲਾਮ ਨੇ ਕਿਹੜੇ ਲਾਲ ਲੈ ਕੇ ਗਈਆਂ ਤਾਈਆਂ ਮੱਕੇ ਵਿੱਚੋਂ ਸ਼ਾਇਰੀ ਨੂੰ ਬੜੇ ਅੱਛੀ ਤਰ੍ਹਾਂ ਮੁਹੱਬਤ ਨਾਲ ਸੁਣਦੇ ਨੇ ਇੱਕ ਲਫ਼ਜ਼ ਸ਼ੁਰੂ ਹੋਇਆ ਪਾਦੇ ਕਹਿੰਦੀ ਸਾਦੀਆਂ ਮੈਂ ਆਈ ਤੇਰੇ ਵਿਹੜੇ ਲਫ਼ਜ਼ ਵਿਹੜੇ ਫਿਰ ਹੈ ਬੇੜੇ ਫਿਰ ਹੈ ਥਕੇੜੇ ਫਿਰ ਹੈ ਤੇਰੇ ਲੈ ਗਈਆਂ ਜਿਹੜੇ ਇਹਦੀ ਕਾਫੀ ਚੱਲ ਰਿਹਾ ਇਹ ਇਸ ਕਾਫੀ ਤੇ ਮੈਂ ਵੇਖਾਂਗਾ ਕਿ ਤੁਸੀਂ ਇਸ ਸਰਜ਼ਮੀਨ ਨੂੰ ਅੱਲਾ ਨੇ ਕਿਹੜੀ ਜ਼ਾਨਾ ਦਿੱਤੀ ਕਿੰਨਾ ਸ਼ੌਕ ਦਿੱਤਾ ਕਿੰਨਾ ਜ਼ੌਕ ਲੈਂਦੇ ਨੇ ਇੱਕ ਕਾਫੀ ਅੱਗੇ ਆ ਰਿਹਾ ਅੰਮਾ ਹਲੀਮਾ ਕਹਿ ਲੱਗੀਆਂ ਮੇਰੀ ਨਜ਼ਰਾਂ ਚਲੋ ਮੈਂ ਇਹਦਾ ਇੱਕ ਸ਼ੇਰ ਪੜ੍ਹ ਦੇਣਾ ਕੋਈ ਮਜ਼ਮੂਨ ਰਲਦਾ ਮਿਲਦਾ ਜੇ ਇਹ ਆਂਦਾ ਵੀ ਆਖੇ ਹਲੀਮਾ ਹੋਇਆ ਕਮਾਲ ਆਖੇ ਹਲੀਮਾ
میں اما حلیمہ پڑھ رہا ہوں. واہ واہ واہ. اما حلیمہ دے گھر حضور بھی ہیں, اما دے اپنے بچے بھی ہیں. اما حلیمہ کی کہہ رہی ہے, اس وچ تے سکیاں وچ منڈل کیتی, اس وچ تے سکیاں وچ منڈل کیتی, اینو سونی لگی کدی کمی چاہتے مجمع کھڑا کر لو لیکن نہیں, انہوں نے صرف ہاتھ بھی کھڑے کرنے تھے, حق ادا ہو جائے گا. سکھ دین و حاکم about that.